वाहेगुरु जी का खालसा, वाहेगुरु जी की फतेह। श्रोमणी गुरद्वारा प्रबंधक कमेटी के 103 साल के इतिहास के मैं समझदा अज का दिन एक सुनहरी अखरां नाल लिखा जाऊगा, क्योंकि श्रोमणी गुरद्वारा प्रबंधक कमेटी का यह सुपना सी कि साडा एक IAS ते IPS UPSC ले ते PPSC ले एक कोचिंग सेंटर होवे जिहदे विच सिख बच्चे जिहड़े आ उह अपनी एडमिशन लै के अपने गुण नूं अगे वधाउण ते उहदे विच बहुत सारियां कई बारी फाइनैंशियल तौर दे उत्ते दरपेश समस्यावां भी होंदियां सी। सो ये असीं पिछले साल बजट दे विच इहदा प्रोविजन रखिया सी ते उहदे तहत असीं पहलां 11 बच्चे एडमिट कीते ते अज असीं 39 बच्चे जिहड़े आ उहनां नूं एडमिट करके अज लैटर भी दित्ते आ ते जिन्हां दी आउंदे 1-2 दिनां दे विच इत्थे क्लासां जिहड़ियां उह शुरू हो जाणियां। और मैं देश ते विदेश ते गुरु समूह गुरु नानक नाम लेवां भाई भाई नूं बेनती भी करदा, इह कारज वड्डा आ, कौम दा कारज आ, ਇਹਦੇ ਵਿੱਚ ਬੱਚੇ ਪ੍ਰਾਇਓਰਟੀ ਅੰਮ੍ਰਿਤਧਾਰੀ ਸਿੱਖ ਨੂੰ ਦਿੱਤੀ ਜਾਂਦੀ ਆ, ਦੂਜੀ ਪ੍ਰਾਇਓਰਟੀ ਦਿੱਤੀ ਜਾਂਦੀ ਆ ਜਿਹੜਾ ਬੱਚਾ ਸਾਫ ਸੂਰਤ ਆ। ਸੋ ਇਹਦੇ ਵਿੱਚ ਕ੍ਰਾਈਟੇਰੀਆ ਅਸੀਂ ਇੱਕ ਇਕੱਲਾ ਪੰਜਾਬ ਨਹੀਂ, ਆਹ ਜਿਹੜੇ ਬੱਚੇ ਸਾਡੇ ਕੋਲ 50 ਦਾਖਲ ਹੋਏ ਇਹਦੇ ਵਿੱਚ ਮੱਧ ਪ੍ਰਦੇਸ਼ ਦੇ, ਇਹਦੇ ਵਿੱਚ ਯੂਪੀ ਦੇ, ਇਹਦੇ ਵਿੱਚ ਸਾਡੇ ਜੰਮੂ ਕਸ਼ਮੀਰ ਦੇ, ਉਹ ਸਾਰੇ ਬੱਚੇ ਟ੍ਰੇਨਿੰਗ ਲੈ ਰਹੇ ਆ। ਸੋ ਵੱਧ ਤੋਂ ਵੱਧ ਯਤਨ ਕਰੀਏ ਤਨ ਮਨ ਅਤੇ ਧਨ ਦੇ ਨਾਲ, ਇਹ ਜਿਹੜੀ ਅਕੈਡਮੀ ਨਿਸ਼ਚੇ ਅਕੈਡਮੀ ਆ ਇਹਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਿੱਸੇ ਹੀ ਆ, ਪਰ ਇਹਨੂੰ ਅਸੀਂ ਐਜੂਕੇਸ਼ਨ ਵਾਂਗੂ ਇੱਕ ਵੱਖਰਾ ਅਕੈਡਮੀ ਦੇ ਤੌਰ 'ਤੇ ਇੱਥੇ ਚੰਡੀਗੜ੍ਹ ਦੇ ਵਿੱਚ ਸਥਾਪਿਤ ਕੀਤਾ। ਸੋ ਵੱਧ ਚੜ੍ਹ ਕੇ ਆਪਾਂ ਬੱਚੇ ਵੀ ਆਪਣੇ ਜਿਨ੍ਹਾਂ ਦੇ ਵਿੱਚ ਕੋਈ ਟੈਲੈਂਟ ਹੈਗਾ ਆ ਉਹ ਬਾਈ ਇੰਟਰਵਿਊ ਆਉਂਦੇ ਆ, ਉਹਦੇ ਵਿੱਚ ਅਸੀਂ ਕਿਸੇ ਨਾ ਕੋਈ ਢਿੱਲ ਨਹੀਂ ਕਰਦੇ, ਜਿਹੜੇ ਬੱਚਿਆਂ ਦੇ ਵਿੱਚ ਗੁਣ ਆ ਉਹਨਾਂ ਨੂੰ ਇੱਥੇ ਦਾਖਲ ਕਰਦੇ ਹਾਂ। ਸੋ ਸਾਰੀ ਕੌਮ ਨੂੰ ਵੀ ਅਪੀਲ ਆ ਕਿ ਵੱਧ ਤੋਂ ਵੱਧ ਇਹਦੇ ਵਿੱਚ ਸਾਰਾ ਸਹਿਯੋਗ ਕੀਤਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।